ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਮੈਂ ਜਾ ਰਿਹਾ ਜੀ ਆਪਣੇ ਨਾਨਕੇ, ਅਤੇ ਅਸੂ ਨੂੰ ਲੈ ਕੇ ਚੱਲਦੇ ਹਾਂ ਨਾਲ, ਅਤੇ ਉਹ ਇੱਕ ਘੰਟੇ ਦਾ ਰਸਤਾ ਹੈਗਾ, ਅਤੇ ਆਪਾਂ ਮੋਟਰਸਾਈਕਲ 'ਤੇ ਜਾਵਾਂਗੇ, ਅਤੇ ਘੰਟੇ ਕੁ ਬਾਅਦ ਆਪਾਂ ਆਪਣੇ ਨਾਨਕੇ ਤੁਹਾਨੂੰ ਮਿਲਦੇ ਹਾਂਗੇ। ਚਲੋ ਜੀ ਚੱਲੀਏ। ਨਾਨਕੇ ਪਹੁੰਚ ਗਿਆ ਸੀ ਆਪਦੇ, ਅਤੇ ਸਿੱਧਾ ਮੈਂ ਘਰ ਰੋਟੀ ਖਾ ਕੇ ਖੇਤ ਹੀ ਪਹੁੰਚ ਗਿਆ, ਅਤੇ ਕੱਪੜੇ ਕੁੱਪੜੇ ਵੀ ਨਹੀਂ ਬਦਲੇ ਮੈਂ, ਖੇਤ ਕਣਕ ਵੱਢਣ ਲੱਗ ਰਹੇ ਸੀਗੇ। ਅਤੇ ਉਹ ਪਿੱਛੇ ਤੁਹਾਨੂੰ ਦਿਖ ਰਿਹਾ ਉਹ ਪਤਾ ਨਹੀਂ, ਪਰ ਬਸ ਹੁਣ ਇਹ ਆਪਦੀ ਕਿਰਪਾਨ ਕੱਟਰ ਵੱਲ ਚੌਕ ਕਰ ਲਿਆ ਸੀਗਾ, ਅਤੇ ਉਹ ਫਿਰ ਮੂਹਰੇ ਆਪ ਗਿਆ ਬੰਦਾ, ਫਿਰ ਹੁਣ ਸੈੱਟ ਕਰਨ ਲੱਗ ਰਹੇ ਨੇ ਉਹਨੂੰ, ਅਤੇ ਪਤਾ ਨਹੀਂ ਖੜ੍ਹੀ ਆ ਹੁਣੀ ਕਿਰਪਾਨ, ਅਤੇ ਅੱਗੇ ਤੁਹਾਨੂੰ ਦਿਖਾਉਣੇ ਆਗੇ ਕਿਰਪਾਨ 'ਤੇ ਵੀ। ਅਤੇ ਇੱਥੇ ਬੈਠਿਆ ਜੀ ਮੇਰੇ ਇਹ ਮਾਮੇ ਦਾ ਮੁੰਡਾ ਬੈਠਿਆ ਹੈਗਾ, ਲਾਡੀ ਇਹਦਾ ਨਾਮ, ਅਤੇ ਤੁਹਾਨੂੰ ਅੱਗੇ ਵੀ ਦਿਖਾਉਣੇ ਆਗੇ, ਅਤੇ ਅੱਗੇ ਜਿੱਥੇ ਅਸੀਂ ਵੇਚਣ ਵੁੱਚਣ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆ। ਅਤੇ ਆਹ ਹੁਣ ਚੱਲੀ ਆ ਕਿਰਪਾਨ ਹੀ, ਆਹ ਹੁਣ ਸੈੱਟ ਕਰ ਲਿਆ ਉਹਨਾਂ ਨੇ ਆਪਦਾ। ਕੀਲੇ ਵੱਢ ਲਏ ਜੀ ਹੁਣ, ਹੁਣ 7 ਕੀਲੇ, ਹੁਣ 2 ਟਰਾਲੀਆਂ ਜਾ ਰਹੀਆਂ ਨੇ, ਹੁਣ ਦੜਬੇ ਜਾਵਾਂਗੇ, ਦੜਬੇ ਵੇਚ ਕੇ ਆਵਾਂਗੇ, ਅਤੇ ਕਿਰਪਾ ਇੰਨਾ ਵੱਡੇ ਸੀ। ਹੁਣ ਆਪਾਂ ਚੱਲਦੇ ਹਾਂ ਦੜਬੇ ਲੈ ਕੇ ਚੱਲਦੇ ਤੁਹਾਨੂੰ, ਹੁਣ ਅੱਗੇ ਤੁਹਾਨੂੰ ਉੱਥੇ ਦੜਬੇ ਜਾ ਕੇ ਮਿਲਦੇ ਹਾਂਗੇ। ਆਪਣੇ ਇੱਕ ਤਾਂ ਟਰੈਟ ਆ ਖੜਿਆ ਹੈਗਾ, ਇਹ ਆਪਣਾ ਟਰੈਟ ਇੱਕ ਹੈਗਾ, ਆਹ ਸਵਰਾਜ ਖੜਿਆ ਹੈਗਾ ਆਪਣਾ, ਇਹ ਵਾਲਾ ਉੱਚੇ ਆ। ਆਪਾਂ ਹੁਣ ਚੱਲਦੇ, ਹੁਣ ਲੈ ਕੇ ਚੱਲਦੇ ਹਾਂ ਦੜਬੇ, ਆਪਾਂ ਇੱਥੇ ਆਵਾਂਗੇ, ਬੜਾ ਨਜ਼ਾਰਾ ਹੋਊਗਾ, ਨਾਲ ਆਪਣੇ ਮਾਮੇ ਦਾ ਮੁੰਡਾ ਹੋਊਗਾ, ਅਤੇ ਚਲੋ ਜੀ ਚੱਲਦੇ। ਲੈ ਹੁਣ ਦੜਬੇ ਆਪਾਂ ਟਰੈਕਟਰ, ਅਤੇ ਕੰਡੇ 'ਤੇ ਖੜ੍ਹੇ ਜੀ ਆਪਣਾ ਟਰੈਕਟਰ, ਅਤੇ ਪਾਰ ਹੋਣ ਲੱਗ ਰਿਹਾ ਹੈਗਾ, ਅਤੇ ਇੱਧਰ ਇਹ ਕਰ ਲੱਗ ਰਹੇ ਨੇਗੇ, ਹੁਣ ਦੜਬਿਆ ਜੀ ਆਪਾਂ। ਚਲੋ ਜੀ ਚੱਲਦੇ ਹਾਂ, ਹੁਣ ਇੱਥੋਂ ਕੰਡਾ ਕਰਾ ਲਿਆ ਆਪਾਂ ਨੇ। ਉਹ ਕਿੱਥੋਂ ਲਏ ਦਾ ਤੈਨੂੰ ਚੁੰਨੀ ਚੀਣ ਮੀਣ ਦੀ ਸੀ, ਮੇਰਾ ਚਾਦਰਾ ਵੀ ਘਸਿਆ ਪਿਆ। ਹੁਣੀ ਆਪਾਂ ਪਹੁੰਚ ਗਏ ਆਗੇ ਦੜਬੇ, ਦੜਬੇ ਸੈਲਰ 'ਚ ਖੜ੍ਹੇ ਹਾਂਗੇ, ਅਤੇ ਇੱਥੇ 3 ਟਰਾਲੀਆਂ ਆਪਣੀਆਂ ਢੇਰੀ ਕਰਤੀਆਂ ਜੀ, ਲਾਤੀਆਂ ਜੀ ਹੁਣ, ਅਤੇ ਕੰਡਾ ਕਿਰਾਏ ਸੀਗੇ, ਹੁਣ ਦੁਬਾਰਾ ਤੋਂ ਫੇਰ ਜਾਣਾ ਕੰਡਾ ਕਰਾਉਣ, ਅਤੇ ਹੁਣ ਉਹ ਟਰਾਲੇ ਉਹ ਸੈਂਪਲ ਲੈ ਗਏ ਕਣਕ ਦਾ, ਅਤੇ ਹੁਣ ਆਹ ਸੈਲਰ ਹੈਗਾ ਪਿੱਛੇ ਆਪਣੇ ਸਾਰੇ ਟਰੈਕ ਖੜ੍ਹੇ ਨੇਗੇ। ਚਲੋ ਜੀ ਹੁਣ ਆਪਾਂ ਦਫ਼ਤਰੇ ਜਾ ਕੇ ਦੇਖਦੇ ਹਾਂਗੇ ਕੀ ਬਣਦਾ ਹੈਗਾ। ਅਤੇ ਜੀ ਹੁਣ ਆਪਾਂ ਦੁਬਾਰਾ ਤੋਂ ਫੇਰ ਆ ਗਿਆ ਕੰਡੇ 'ਤੇ, ਦੁਬਾਰਾ ਤੋਂ ਫੇਰ ਕੰਡਾ ਕਰਾ ਰਿਹਾ, ਹੁਣ ਖਾਲੀ ਟਰਾਲੀ ਦਾ ਕਿਰਾਇਆ ਹੈਗਾ, ਪਹਿਲਾਂ ਆਪਾਂ ਭਰੀ ਹੋਈ ਟਰਾਲੀ ਦਾ ਕੰਡਾ ਕਰਾਇਆ ਸੀ, ਹੁਣ ਖਾਲੀ ਦਾ ਕਰਾ ਰਿਹਾ ਹੈਗਾ, ਪਿੱਛੇ ਕਰ ਲੱਗ ਰਹੇ ਨੇਗੇ। ਅਤੇ ਆ ਹੁਣ ਟਰੈਕਟਰ ਹੋ ਗਿਆ ਕੰਡਾ ਜੀ, ਚਲੋ ਹੁਣ ਆਪਾਂ ਫੇਰ ਪਿੰਡ ਨੂੰ ਚੱਲਾਂਗੇ। ਇਹ
ਇੱਧਰ ਆ ਰਿਹਾ ਵੀ ਹੈ ਮੈਨੂੰ ਲੱਗਦਾ ਪਿੱਛੇ ਲੱਕੜਾਂ ਚੀਰਨ ਲੱਗ ਰਹੇ ਨੇ ਆ ਅਤੇ ਉਹ ਕਿੰਨਾ ਲੱਕੜਾਂ ਹੀ ਪਈਆਂ ਕਿੱਡੇ ਕਿੱਥੇ ਉਹ ਪਏ ਨੇ ਹੁਣ ਦੂਜਾ ਟਰੈਟ ਆ ਗਿਆ ਕੰਡੇ 'ਤੇ ਪਹਿਲਾਂ ਇੱਕ ਉਹ ਖੜਿਆ ਹੈਗਾ ਤਿੰਨ ਟਰੈਟ ਸੀ ਆਪਣੇ ਕੋਲ ਕਿ ਤਿੰਨ ਟਰਾਲੀਆਂ ਸੀਗੀਆਂ ਕਣਕ ਦੀਆਂ ਭਰੀਆਂ ਹੋਈਆਂ ਅਤੇ ਆਪਾਂ ਨੇ ਹੁਣ ਤੀਜੇ ਦਾ ਕਰਾ ਰਿਹਾ ਕੰਡਾ ਅਤੇ ਫਿਰ ਅਤੇ ਹੁਣ ਆਪਾਂ ਜਾਏ ਸੀ ਦਿੜਬੇ ਜਾਏ ਸੀ ਅਤੇ ਸਾਰਾ ਕਣਕ ਕੁਣਕ ਦਾ ਅੱਜ ਕਣਕ ਵੀ ਵੱਢੀ ਦੀ ਗਈ ਤੁਹਾਨੂੰ ਸਾਰਾ ਬਲੌਗ ਦਿਖਾਇਆ ਜੀ ਉਹ ਅਤੇ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਅਤੇ ਮੇਰੀ ਅੱਖ 'ਚ ਮੱਛਰ ਪੈ ਰਿਹਾ ਕਾਫੀ ਜ਼ਿਆਦਾ ਅੱਖਾਂ ਲਾਲ ਹੋ ਰਹੀਆਂ ਨੇ ਅਤੇ ਜਾਂ ਰਸਤੇ ਜਾ ਰਹੇ ਸੀ ਉਦੋਂ ਮੱਛਰ ਪਈ ਗਿਆ ਅੱਖਾਂ ਹੋਰ ਖਰਾਬ ਜੀ ਹੋ ਗਈਆਂ ਅਤੇ ਅੱਜ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਜੀ ਹੁਣ ਇਹ ਬਲੌਗ ਦਾ ਅਤੇ ਤੁਹਾਨੂੰ ਹੁਣ ਕੰਟੀਨਿਊ ਹੋਰ ਵੀ ਬਲੌਗ ਦੇਖਣ ਨੂੰ ਮਿਲਣਗੇ ਅਤੇ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਅੱਗੇ ਹੋਰ ਪਰਿਵਾਰਾਂ ਰਿਸ਼ਤੇਦਾਰਾਂ ਤੱਕ ਜ਼ਰੂਰ ਸ਼ੇਅਰ ਕਰੋ ਅਤੇ ਤੁਹਾਡੀ ਸਪੋਰਟ ਦੇ ਸਦਕੇ ਚੱਲਣਾ ਆਪਾਂ ਨੇ ਅਤੇ ਬਿਨਾਂ ਸਪੋਰਟ ਤੋਂ ਤੁਹਾਨੂੰ ਪਤਾ ਕੁਛ ਵੀ ਨਹੀਂ ਹੋ ਸਕਦਾ ਹੈਗਾ ਅਤੇ ਪਲੀਜ਼ ਜੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਵਿਊ ਦਿਓ ਵੀਡੀਓ ਨੂੰ ਅਤੇ ਜੇ ਕਿਸੇ ਨੂੰ ਵੀ ਕੋਈ ਹੈ ਘਾਟ ਵੱਧ ਰਹਾ ਜੇ ਕਮੈਂਟਾਂ 'ਚ ਜ਼ਰੂਰ ਦੱਸੋ ਆਪਾਂ ਪੂਰੀ ਕਰਾਂਗੇ ਜੀ ਅਤੇ ਅੱਜ ਦਾ ਬਲੌਗ ਜੀ ਆਪਾਂ ਇਹ 'ਚ ਹੀ ਐਂਡ ਕਰਦੇ ਹਾਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ।